ਯੋਗ ਕਤਾਰੀ ਕਾਟ ਸਿਲੈਕਟਡ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਸੀਗਾ ਕਿ ਆਪਾਂ ਪਿਛਲੀ 11 ਮਾਰਚ ਨੂੰ ਸੰਗਰੂਰ ਰੋਸ ਪ੍ਰਦਰਸ਼ਨ ਕੀਤਾ ਸੀਗਾ ਆਪਣੇ ਪੋਰਟਲ ਨੂੰ ਖੋਲ੍ਹਣ ਨੂੰ ਲੈ ਕੇ ਸੋ ਆਪਾਂ ਉੱਥੋਂ ਇਹ ਅਨਾਊਂਸ ਕੀਤਾ ਸੀਗਾ ਕਿ ਅਗਲਾ ਧਰਨਾ ਜਿਹੜਾ ਆਪਣਾ ਪੱਕਾ ਮੋਰਚਾ ਗਾ ਉਹ ਸ਼੍ਰੀ ਅਨੰਦਪੁਰ ਸਾਹਿਬ ਆਪਾਂ ਲਗਾਉਣਾ ਸੋ ਉਹ ਆਪਾਂ ਤਰੀਕ ਆ ਜਿਹੜੀ ਉਹ 23 ਤਰੀਕ ਅਨਾਊਂਸ ਕੀਤੀ ਸੀਗੀ ਸੋ ਅੱਜ ਅਸੀਂ ਸਾਰੇ ਜਾਣੇ ਜਿਹਦੇ ਵਿੱਚ ਬਲਵੀਰ ਜੀ ਗੁਰਮੇਲ ਜੀ ਹਰਸ਼ਪਾਲ ਜੀ ਮਾਲਵਿੰਦਰ ਜੀ ਕਬਾਲ ਜੀ ਸਾਰੇ ਸਾਥੀ ਜਿਹੜੇ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਅਨੰਦਪੁਰ ਸਾਹਿਬ ਇੱਥੇ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਦੇ ਵਿੱਚ ਅਸੀਂ ਮਿਲ ਕੇ ਇਕੱਠਿਆਂ ਨੇ ਇਹ ਫੈਸਲਾ ਲਿਆ ਕਿ ਜਿਹੜਾ ਆਪਣਾ ਪੱਕਾ ਧਰਨਾ ਉਹ 23 ਦੀ ਬਜਾਏ 22 ਤਰੀਕ ਨੂੰ ਰਲ ਮਿਲ ਕੇ ਆਪਾਂ ਚਲਾਵਾਂਗੇ ਸੋ 22 ਤਰੀਕ ਨੂੰ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਪੱਕਾ ਧਰਨਾ ਜਿਹੜਾ ਉਹ ਲਗਾਉਣ ਜਾ ਰਹੇ ਹਾਂ ਤਾਂ ਜੋ ਆਪਾਂ ਨੂੰ ਲਗਾਤਾਰ ਲਾਰੇ ਜਿਹੜੇ ਮਿਲ ਰਹੇ ਨੇ ਕਿ ਲਗਾਤਾਰ ਭਰੋਸੇ ਮਿਲ ਰਹੇ ਨੇ ਪਿਛਲੇ ਰੋਸ ਪ੍ਰਦਰਸ਼ਨ ਦੌਰਾਨ ਵੀ ਸਾਨੂੰ 10 ਦਿਨ ਦਾ ਭਰੋਸਾ ਮਿਲਿਆ ਸੀ 11 ਅਤੇ 10 21 ਮਤਲਬ ਕਿ 11 ਤਰੀਕ ਨੂੰ ਆਪਾਂ ਸੰਗਰੂਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਸਾਨੂੰ 10 ਦਿਨ ਦਾ ਭਰੋਸਾ ਦਿੱਤਾ ਸੀਗਾ ਸੋ 21 ਤਰੀਕ ਉਹਦੀ ਲਾਸਟ ਡੇਟ ਬਣਦੀ ਆ ਜੇਕਰ 21 ਤਰੀਕ ਤੱਕ ਆਪਣਾ ਪੋਰਟਲ ਓਪਨ ਨਹੀਂ ਹੁੰਦਾ ਤਾਂ ਆਪਾਂ 22 ਤਰੀਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਪੱਕਾ ਧਰਨਾ ਗਾ ਜਿਹੜਾ ਉਹ ਲਗਾਉਣ ਜਾ ਰਹੇ ਹਾਂ ਲਗਾਵਾਂਗੇ ਸਾਥੀਆਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਆਪਾਂ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰੀਏ ਤਾਂ ਜੋ ਆਪਾਂ ਛੇਤੀ ਤੋਂ ਛੇਤੀ ਸਕੂਲਾਂ ਦੇ ਵਿੱਚ ਆ ਜਿਹੜਾ ਜਾ ਸਕੀਏ ਬਾਕੀ ਗੱਲਬਾਤ ਸਾਥੀ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 4161 ਖੇਡਰ ਨੂੰ ਬੇਨਤੀ ਹੈ ਜੀ ਹੁਣ ਕਾਫੀ ਟਾਈਮ ਤੋਂ ਇਹ ਮੰਗ ਆ ਰਹੀ ਸੀ ਜਿਹੜਾ ਇਹ ਧਰਨਾ ਹੈਗਾ ਇਹ ਸਾਂਝਾ ਹੋਣਾ ਚਾਹੀਦਾ ਹੈਗਾ ਦੇਖੋ ਜੀ ਇਹ ਧਰਨਾ ਹੈਗਾ ਸਾਂਝਾ ਹੈਗਾ 4161 ਜਿਹੜੀ ਭਰਤੀ ਹੈ ਇਹ ਪੂਰੀ ਕਰਾਉਣੀ ਆਪਾਂ ਨੇ ਅਤੇ ਖੇਡਰ ਨੂੰ ਬੇਨਤੀ ਹੈਗੀ ਅਤੇ ਖੇਡਰ ਦੀ ਪਿਛਲੇ ਜਿਹੜਾ ਸਮਾਂ ਹੈਗਾ ਉਹ ਤੋਂ ਮੰਗ ਸੀਗੀ ਵੀ ਜਿਹੜਾ ਇਹ ਧਰਨਾ ਹੈਗਾ ਇਹ ਪੱਕਾ ਹੋਣਾ ਚਾਹੀਦਾ ਹੈਗਾ ਇਹ ਪੱਕਾ ਹੀ ਉਹਨਾਂ ਦੇ ਵਿੱਚ ਹੈ ਉਹ ਜਾ ਸਕੀ ਹਾਂਜੀ ਧੰਨਵਾਦ ਵਾਹਿਗੁਰੂ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਮੂਹ 4161 ਇੱਕ ਝੰਡੇ ਹੇਠਾਂ ਤੁਹਾਨੂੰ ਆਪ ਜੀ ਨੂੰ ਕਿ ਆਉਣ ਸਮਾਨ ਲੈ ਕੇ ਘਰੋਂ ਤੁਰਨਾ ਅਤੇ ਘਰਦਿਆਂ ਨੂੰ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਕੁੱਲਰੀ ਹਾਂ ਅੱਜ ਅਨੰਦਪੁਰ ਸਾਹਿਬ ਤੋਂ ਬੋਲ ਰਿਹਾ ਜੀ ਸੋ ਇੱਥੇ ਅੱਜ ਸਾਂਝਾ ਜਿਹੜਾ ਧਰਨਾ ਹੈਗਾ ਉਹ ਅਨਾਊਂਸ ਕੀਤਾ ਗਿਆ ਹੈਗਾ 22 ਮਾਰਚ 22 ਮਾਰਚ ਨੂੰ ਜੀ ਆਪਾਂ ਨੇ 11 ਤੋਂ 12 ਦੇ ਵਿਚਕਾਰ ਆਪਾਂ ਇੱਥੇ ਪਹੁੰਚਣਾ ਹੈਗਾ ਟਾਈਮ 11-12 ਦੇ ਵਿਚਕਾਰ ਆਪਾਂ ਇੱਥੇ ਪਹੁੰਚਣਾ ਹੈਗਾ ਅਤੇ 22 ਤਰੀਕ ਦਾ ਜਿਹੜਾ ਆਪਣਾ ਪੱਕਾ ਧਰਨਾ ਹੈਗਾ ਇਹ ਸ਼ੁਰੂ ਕੀਤਾ ਜਾ ਰਿਹਾ ਜੀ ਅਨੰਦਪੁਰ ਸਾਹਿਬ ਸੋ ਇਹ ਉਦੋਂ ਤੱਕ ਚੱਲੂਗਾ ਜਦੋਂ ਤੱਕ ਆਪਣੇ ਸਟੇਸ਼ਨ ਓਪਨ ਨਹੀਂ ਕੀਤੇ ਜਾਂਦੇ ਅਤੇ ਆਪਾਂ ਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਜਾਂਦਾ ਸੋ ਸਾਰੇ ਖੇਡਰ ਨੂੰ ਬੇਨਤੀ ਹੱਥ ਬੰਨ੍ਹ ਕੇ ਕਿ 22 ਮਾਰਚ ਨੂੰ ਆਪਾਂ ਸਾਰਿਆਂ ਨੇ 11-12 ਦੇ ਵਿਚਕਾਰ ਆਪਾਂ ਇੱਥੇ ਪਹੁੰਚਣਾ ਹੈ ਜੀ ਅਤੇ ਆਪਣੇ ਹੱਕ ਨੇ ਜਿਹੜੇ ਉਹ ਲੈ ਕੇ ਜਾਣੇ ਨੇ ਸੋ ਰਸਤੇ ਦੇ ਵਿੱਚ ਹਾਂ ਜੀ ਤੋਂ ਪਿੰਡ ਜਾ ਕੇ ਜਿਹੜੀ ਵਿਸਥਾਰਪੂਰਵਕ ਵੀਡੀਓ ਉਹ ਪਾਈ ਜਾਊਗੀ ਧੰਨਵਾਦ ਜਿੱਤ ਲੜਦੇ ਲੋਕਾਂ ਦੀ